ਉਹਨਾਂ ਦਾ ਕਸੂਰ ਹੁਣ ਇਹ ਹੋਇਆ ਵਾ ਕਿ ਚੱਲ ਜੇ ਇਹਦੀ ਭੈਣ ਆਈ ਸੀ ਨਾ ਉਹ ਸਾਡੇ ਨਾਲ ਗੱਲ ਕਰਦੀ ਮਾਸੀ ਜੀ ਆਹ ਗੱਲ ਹੋਈ ਮਾਸੜ ਜੀ ਆਹ ਗੱਲ ਹੋਈ ਉਹਨੇ ਚੁੱਕ ਕੇ ਮਨਪ੍ਰੀਤ ਨੂੰ ਫੋਨ ਲਾਤਾ ਆਹ ਗਲਤੀ ਉਹਦੀ ਹੈ ਨਹੀਂ ਗੱਲ ਤੇ ਇਹ ਵੀ ਹੈਗੀ ਨਾ ਪੁੱਤ ਚਲੋ ਇਹ ਆ ਵੀ ਫੋਨ ਸਾਡੀ ਨੌਂ ਹੱਡੀਆਂ ਉਹਦਾ ਵੀ ਫਰਜ਼ ਬੰਦਾ ਨੌਂ ਤੀਨ ਫੋਨ ਕਰਨ ਦਾ ਨੌਂ ਤੀਨ ਬਹੁਤ ਗੁੱਸਾ ਮੈਨੂੰ ਵੀ ਆਇਆ ਕਿ ਨੌਂ ਮੁੜ ਕੇ ਆਪਣੇ ਪੇਕੇ ਦੱਸੂ ਜਾ ਕੇ ਕਿ ਸਾਨੂੰ ਫੋਨ ਆਇਆ ਤੇ ਸਾਡੀ ਹੋਰ ਬੇਇੱਜ਼ਤੀ ਹੋਊਗੀ ਸਾਡੀ ਕੁੜਮਾ ਪੁੱਤ ਦੇ ਕੁੜ ਸਹੁਰਿਆਂ ਵੱਲੋਂ ਸਾਨੂੰ ਬਹੁਤ ਚਾਅ ਵਾ ਸਾਡੀ ਬਹੁਤ ਇੱਜ਼ਤ ਵਾ ਤੇ ਧੀ ਵੱਲੋਂ ਅਸੀਂ ਦੁਖੀ ਹੋ ਗਏ ਆ ਤੇ ਜੇ ਨੌਂ ਆਪਣੇ ਪੇਕੇ ਦੱਸਣਗੇ ਵੀ ਸਾਨੂੰ ਫੋਨ ਆਇਆ ਵਾ ਤੇ ਫਿਰ ਉਹ ਸਾਡੇ ਕੋਲ ਸਾਨੂੰ ਕੀ ਆਖਣਗੇ ਗੱਲ ਭੈਣ ਦੀ ਇਹ ਨੌਂ ਫੋਨ ਕਰਨ ਦੀ ਉਹ ਤਾਂ ਇੱਕ ਗੱਲ ਹੈਗੀ ਆ ਤੁਹਾਨੂੰ ਫੋਨ ਕਰਦੀ ਇੰਨਾ ਚਿਰ ਇਹਨੂੰ ਪੜ੍ਹਨੇ ਪਾ ਛੱਡਿਆ ਅਸੀਂ ਤੇ ਆਖਿਆ ਵੀ ਚੱਲ ਕੋਈ ਸਿੱਖਿਆ ਮਿਲਦੀ ਸਕੂਲਾਂ ਦੇ ਵਿੱਚੋਂ ਵੀ ਚੰਗਿਆ ਸਿੱਖਿਆ ਮਿਲਦੀ ਆ ਚੰਗਾ ਖੂਨ ਬਹਿਣ ਹੋਊਗਾ ਪਰ ਇਹਨੇ ਪਤਾ ਨਹੀਂ ਕਿੱਥੇ ਪੜ੍ਹਦੀ ਰਹੀ ਏ ਕੀ ਇਹਦੇ ਦਿਮਾਗ ਨੂੰ ਕੁੜੀਆਂ ਨੂੰ ਕਿੱਦਾਂ ਪੈਂਦੀ ਵੱਢ ਖਾਣ ਨੂੰ ਆਹ ਲਿਆਓ ਆਹ ਲਿਆਓ ਕਿਤੇ ਧੀ ਪੁੱਤ ਵਾ ਭਾਬੀ ਜੀ ਆਹ ਚੀਜ਼ ਲਿਆਓ ਭਾਬੀ ਜੀ ਤੁਸੀਂ ਕੀ ਕਰਨ ਡਏ ਜੇ ਮੈਨੂੰ ਤੇ ਇਦਾਂ ਦੀਆਂ ਰੀਝਾਂ ਸੀ ਮੇਰੀਆਂ ਨੌਂਹਾਂ ਧੀਆਂ ਇਦਾਂ ਗੱਲਾਂ ਕਰਨਗੀਆਂ ਇੱਕ ਗੱਲ ਹੈਗੀ ਆ ਇਹਦੇ ਜੀ ਕਦੀ ਮੈਂ ਇਹਦੇ ਮੂੰਹੋਂ ਨਹੀਂ ਸੁਣਿਆ ਨਾ ਇਹ ਤੇ ਪੈਂਦੀ ਇਦਾਂ ਹੀ ਜੀ ਨਹੀਂ ਆਖਿਆ ਇਹਨੇ ਕਦੀ ਵੀ ਪੈਂਦੀ ਟੁੱਟ ਕੇ ਜਦੋਂ ਪੈਣਾ ਇਹ ਗੱਲ ਬਾੜ ਵੀ ਜੀ ਕਰਦੀ ਹੈ ਮੰਜੋ ਦਾ ਤੂੰ ਪੁੱਤ ਜਨਾਨੀ ਨੂੰ ਜਨਾਨੀ ਦੀ ਥਾਂ ਸਮਝ ਤੇ ਭੈਣ ਨੂੰ ਭੈਣ ਦੀ ਥਾਂ ਸਮਝ ਉਹ ਮੈਂ ਸਾਰਾ ਸਮਝਦਾ ਪਰ ਉਹਨਾਂ ਦੀ ਮੱਟ ਮੁੱਤੀ ਆ ਮੋਟੀ ਨਹੀਂ ਕੀ ਮੱਤ ਉਹਨਾਂ ਦੀ ਕੋਈ ਵੀ ਮਨਪ੍ਰੀਤ ਨੂੰ ਨਾ ਕਾਫੀ ਕੋਈ ਪੁੱਤ ਉਹ ਵੀ ਇਹ ਕਿੰਨਾ ਕੰਮ ਕਰਨ ਦੀ ਆ ਸੁਮਨ ਕਿੰਨਾ ਕੰਮ ਕਰਦੀ ਆ ਮਨਪ੍ਰੀਤ ਕਿੰਨਾ ਕਰਦੀ ਆ ਅਸੀਂ ਤੇ ਸਾਨੂੰ ਤੇ ਹੱਥਾਂ 'ਚ ਚੁੱਕੀ ਫਿਰਦੇ ਆ ਤੇ ਸਾਨੂੰ ਮਾੜੀਆਂ ਲੱਗਦੀਆਂ ਵਾ ਅਸੀਂ ਤਾਂ ਨਹੀਂ ਅਸੀਂ ਮੋਤੀ ਪੁੰਨ ਕੀਤੇ ਸਾਨੂੰ ਇਦਾਂ ਦੀਆਂ ਧੀਆਂ ਮਿਲ ਗਈਆਂ ਆਹ ਹੁਣ ਹਸਪਤਾਲ ਦੇ ਵਿੱਚ ਪਈ ਆ ਇਹ ਕਾਹਦੇ ਵਾਸਤੇ ਜਾਂਦੀ ਉੱਥੇ ਗਲੂਕੋਜ਼ ਲਵਾਉਣ ਇਹੋ ਟੈਨਸ਼ਨਾਂ ਮਾਰਨ ਡੀਆਂ ਟੈਨਸ਼ਨ ਉਹ ਵੀ ਜਾਣ ਕੇ ਲਈ ਜਾਂਦੇ ਆ ਵੀ ਲਈ ਇਸੇ ਕਰਕੇ ਪੁੱਤ ਜਾਂਦੀ ਆ ਵੀ ਇਹਨੇ ਕਲੇਸ਼ ਪਾਇਆ ਘਰ ਇੱਧਰ ਵੀ ਪਾਇਆ ਤੇ ਉਧਰੋਂ ਆਉਣ ਲੜਕੇ ਆ ਗਈ ਦੂਜੀ ਗੱਲ ਸੁਣ ਵੀ ਹੁਣ ਸਾਡੀ ਤੇ ਨਹੀਂ ਉਹ ਮੰਨਦੀ ਤੇ ਤੂੰ ਹੁਣ ਉਹਦੇ ਨਾਲ ਪਿਆਰ ਕਰਦਾ ਨਾ ਮੇਰੀ ਭੈਣ ਬੜੀ ਚੰਗੀ ਆ ਹੁਣ ਤੂੰ ਸਮਝਾ ਕੇ ਵੇਖ ਲੈ ਕੀ ਆ ਮੈਂ ਸਮਝਾ ਲੂੰਗਾ ਫੇਰ ਆ ਸਮਝਾ ਲਾ ਬੋਲੀ ਨਹੀਂ ਦੋਤੀ ਆ ਬੜੀ ਨਹੀਂ ਬੋਲੀ ਨਾ ਹਟ ਗਈ ਹੁਣ ਪਹਿਲਾਂ ਅੱਛਾ ਅੱਛਾ ਚਲ ਬਹਿ ਜਾ ਪੁੱਤ ਬਹਿ ਜਾ ਕੀ ਸੋਚਿਆ ਫੇਰ ਡੈਡੀ ਸੋਚਿਆ ਉਹ ਵੀ ਹੁਣ ਮੈਂ ਹਬਜਰ ਬਹਿ ਕੇ ਸਲਾਹ ਕਰਦੇ ਆ ਸੋਨੂ ਨਾਲ ਵੀ ਕਰਦੇ ਆ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ ਆਇਆ ਦੀ ਭੈਣ ਦਾ ਤੂੰ ਮੰਮੀ ਨਾਲ ਕਰਉਂਦੀ ਆ ਉਹ ਕੋ ਆਪ ਦਾ ਕਰ ਲਈ ਤੇ ਲੈ ਮੰਮੀ ਨੇ ਕਿਤੇ ਕਰਾਉਣੀ ਮੰਮੀ ਦਵਾਈ ਲੈਣ ਨਹੀਂ ਗਏ ਤੇ ਤੂੰ ਕਿ ਮੰਮੀ ਉੱਥੇ ਕਾਦੀ ਕਰ ਲਈ ਚੱਲ ਸ਼ਾਪ ਤੋਂ ਕੋਈ ਨਹੀਂ ਛੱਡੋ ਤੁਸੀਂ ਆਪ ਦੇ ਵਿੱਚ ਨਾ ਤੁਸੀਂ ਆਪਣੇ ਘਰ ਨਾਲ ਲੜਾਈ ਪਾ ਕੇ ਬਹਿ ਜਿਓ ਗੱਲ ਕਿਤੇ ਦੀ ਆ ਤੇ ਤੁਸੀਂ ਆਪਣੇ ਘਰ ਨਾਲ ਲੜਾਈ ਪਾ ਲਿਓ ਕੋਈ ਨਹੀਂ ਜੀ ਇਹਨੂੰ ਆ ਗਿਆ ਫੋਨ ਚੱਲ ਹੁਣ ਤਾਂ ਵੀ ਕੋਈ ਨਹੀਂ ਛੱਡੋ ਮੰਮੀ ਵੀ ਕਹਿਣ ਦੇ ਕਿ ਨੌ ਨੂੰ ਫੋਨ ਆ ਗਿਆ ਕੀ ਗੱਲ ਮੈਂ ਘਰ ਦੇ ਵਿੱਚ ਹੁੰਨੀ ਆ ਮੇਰੇ ਕੋਲ ਸਾਰਾ ਕੁਝ ਲੁਕਾ ਰੱਖਣਾ ਘਰ ਚੋਂ ਤਾਂ ਹੈਗਾ ਪੁੱਤ ਮੈਂ ਇਹੋ ਆਨੀ ਵੀ ਚੱਲ ਸਾਡੀ ਫਰਜ਼ ਬੰਦਾ ਸਿਆਣੇ ਫੋਨ ਕਰਦਾ ਕੀ ਤੇ ਬਣੀ ਰਵੇ ਲੱਗਾ ਹੋਊਗਾ ਫੋਨ ਕੀ ਪਤਾ ਚੱਲ ਅੱਛਾ ਮੈਂ ਮਨਜੀਤ ਨੂੰ ਕਰਦਾ ਫੋਨ ਵੀ ਪੁੱਤ ਇਹੋ ਜਿਹਾ ਕੰਮ ਨਾ ਕਰਿਓ ਕੋਈ ਨਹੀਂ ਅਸੀਂ ਸਮਝਾ ਕੇ ਇਹਨੂੰ ਲਿਆਉਂਦੇ ਆ ਅਸੀਂ ਤੇ ਤਾਂ ਆਖਿਆ ਵੀ ਮਨਪ੍ਰੀਤ ਨੂੰ ਫੋਨ ਕਿਉਂ ਕੀਤਾ ਵੀ ਇਹਨੇ ਨਿਆਣੀ ਜੰਮੂ ਕੋਈ ਗੱਲਬਾਤ ਘੱਟ ਨਿਕਲੇ ਨਾ ਹੁਣ ਆਪ ਛੱਡ ਕੇ ਆਈ ਉੱਥੇ ਕਿਉਂਕਿ ਉਹਨਾਂ ਨੇ ਕਿਹੜਾ ਲੜ ਕੇ ਕੱਢੀ ਆ ਉਹ ਤਾਂ ਮੈਂ ਤੁਹਾਨੂੰ ਕਹਿੰਦੀ ਹੁਣ ਆਪ ਆਈ ਹੈ ਤੇ ਆਪ ਹੀ ਤੋਂ ਪਹਿਲਾਂ ਕੰਮ ਕਰ ਲੋਗੀ ਪੰਚਾਇਤ ਦੇ ਵਿੱਚ ਮੰਮੀ ਜੀ ਇੰਨੇ ਮੂੰਹ ਨਹੀਂ ਜੇ ਬੰਨਣਾ ਤੇ ਇਹ ਬੰਨਣਾ ਕਰਨਾ ਬੇਤੀ ਹੋਣੀ ਸਮਝ ਆ ਜਾਂਦੀ ਤੇ ਮੈਨੂੰ ਬੋਲਣ ਨਹੀਂ ਦਿੰਦੇ ਫਿਰ ਪਤਾ ਦੋਵਾਂ ਜੀਆਂ ਨੇ ਇਕੱਠੇ ਵਸਣਾ ਹੁੰਦਾ ਵਾ ਤੇ ਫਿਰ ਇੰਨੀਆਂ ਮੂੰਹ ਗੱਲਾਂ ਨਿਕਲ ਜਾਂਦਾ ਚੰਗੇ ਨਹੀਂ ਲੱਗੀ ਨਾਲੇ ਪੰਚਾਇਤ ਵਾਲੇ ਕੀ ਕਹਿਣਗੇ ਉਹਨਾਂ ਨੇ ਕਹਿਣਾ ਏਡੀ ਮੂੰਹ ਜੋਰ ਕੁੜੀ ਏ ਉਹਨਾਂ ਨੇ ਕਹਿਣਾ ਵਾ ਵੀ ਵੇਖ ਲੋ ਤੁਹਾਡੇ ਹੁੰਦਿਆ ਨਹੀਂ ਇਹ ਹਟਣ ਦੀ ਤੁਹਾਡੇ ਤੋਂ ਬਗੈਰ ਕੀ ਕਰਦੀ ਹੋਊਗੀ ਉਹ ਨਹੀਂ ਬੋਲਦੀ ਤੂੰ ਜਦ ਟੈਨਸ਼ਨ ਲਈ ਜਾਂਦੀ ਉਹ ਤਾਂ ਤੇਰੇ ਸਾਹਮਣੇ ਹੀ ਆ ਚੱਲ ਕੋਈ ਨਹੀਂ ਤੇਰੇ ਚਲੋ ਸਾਡੀ ਧੀ ਆ ਕਿ ਆਖਣ ਨੂੰ ਜੀ ਨਹੀਂਗਾ ਕਰਦਾ ਪਰ ਇਦਾਂ ਵੀ ਧੀ ਪੁੱਤ ਨੂੰ ਚਾਹੀਦਾ ਨਹੀਂਗਾ ਆਪਣੇ ਘਰ ਲੜਾਈ ਪਾ ਲੈਣੀ ਕੋਈ ਨਹੀਂ ਤੂੰ ਹਾਂ ਪੀ ਕੇ ਦੁੱਧ ਲੈ ਸਾਰੇ ਆਪਾਂ ਇੱਕ ਨੂੰ ਮਾੜਾ ਕਹੀਏ ਮੈਂ ਤੇ ਫਿਰ ਉਹ ਮਾੜਾ ਬਣਨਾ ਹੀ ਆ ਹਾਂ ਉਹ ਗੱਲ ਆਪਣੀ ਘਰ ਵਾਲੀ ਤੇ ਤੁਸੀਂ ਕਰਕੇ ਵੇਖੋ ਮੈਂ ਉੱਥੇ ਜਾ ਕੇ ਪੰਚਾਇਤ ਸੱਦੂੰਗੀ ਤੁਹਾਡੇ ਤੇ ਤੁਹਾਨੂੰ ਚੰਗੀ ਲੱਗੂ ਬਹੁਤ ਗੱਲਾਂ ਵਾ ਨਾ ਇਹੋ ਤੁਸੀਂ ਸੋਚਣ ਡਏ ਆ ਪਰੇਸ਼ਾਨੀ ਜੇ ਇਹੋ ਗੱਲ ਤੇ ਆਪਣਾ ਵਾਂਝਾ ਵਾਈ ਆ ਸਦਲਾ ਪਿਆ ਤੂੰ ਵੀ ਆਹ ਉਹਨੇ ਕ ਪੰਚਾਇਤ ਸੱਦਣੀ ਉਹਨਾਂ ਤੇ ਹੀ ਸਿਫਤਾ ਕਰ ਦੇਣ ਥੱਕਦੇ ਉਹ ਤਾਂ ਜਾਂ ਉਹ ਕਿਹੜੀਆਂ ਸਾਨੂੰ ਮਾੜਾ ਆਖਣ ਡੀਆਂ ਵਾ ਇਹ ਆ ਵੀ ਉਹ ਵੀ ਸੁੱਖ ਨੂੰ ਵੀ ਚਾਹੀਦਾ ਪਿਆਰ ਨਾਲ ਬੋਲੇ ਪਿਆਰ ਨਾਲ ਕੋਈ ਚੀਜ਼ ਮੰਗੇ ਭਾਵੇਂ ਮਹੀਨਾ ਰਹਿ ਜਾ ਹੋਰ ਮਹੀਨਾ ਰਹਿ ਜਾ ਉੱਥੇ ਕੀ ਹੋਊ ਨਾਲੇ ਇਹਦਾ ਸਰਪਾ ਕੀਤਿਆਂ ਸੁੱਖ ਦਾ ਕੀ ਹੋਊਗਾ ਜਦੋਂ ਅਸੀਂ ਬੈਠੇ ਆ ਸਭ ਕਾਹੇ ਵਾਲੇ ਸੁੱਖ ਵੀ ਛਦਾਣਾ ਵਾਂਗੂ ਬੁਰੀ ਬਣਦੀ ਨਾਲੇ ਲੜੀ ਜਾਂਦੀ ਨਾਲੇ ਜਾਣ ਕੇ ਗੱਲਾਂ ਕਰੀ ਜਾਂਦੀ ਆ ਉਹ ਚਲੋ ਹੋਰ ਗੱਲਾਂ ਕਰੀ ਇੱਕੋ ਗੱਲ ਦੀ ਸਾਰੀ ਝੜੀ ਇੱਕੋ ਗੱਲ ਫੜੀ ਕੁੜੀ ਦੇ ਬਾਰੇ ਤੇ ਹੋਈ ਜੇ ਚੱਲ ਸ਼ਾਹੀ ਨਹੀਂ ਹੁਣ ਕੋਈ ਗੱਲ ਕਰਦੇ ਹੁਣ ਤੂੰ ਹਾਂ ਦੁੱਧ ਪੀ ਕੇ ਤੂੰ ਸਮਝਾ ਕੇ ਵੇਖ ਲੈ ਕੀ ਆ ਰਹੀ ਆ ਤੇ ਸਾਨੂੰ ਦੱਸ ਦੇ ਫਿਰ ਬਾ ਠੀਕ ਆ ਸਮਝਾਓ ਨੂੰ ਤੂੰ ਵੀ ਬਹਿ ਉਹਦੇ ਲੱਗੇ ਸੋਨੂੰ ਵੀ ਸਾਡੇ ਤੇ ਮੰਨਦੀ ਨਹੀਂ ਕੀ ਇਹ ਸਮਝਾ ਲੈਣਾ ਕੋਈ ਸਮਝਾ ਕੇ ਤੇ ਜਾਂ ਇਦਾਂ ਕਰੀਏ ਉਹ ਛੱਡ ਕੇ ਆਓ ਉਹਨੂੰ ਸਮਝਾ ਕੇ ਇਹ ਵੀ ਪੰਚਾਇਤ ਨਾਲ ਇਹ ਪਹਿਲਾਂ ਲੈ ਕੇ ਆ ਜਾਣ ਤੇ ਮੁੜ ਕੇ ਸਾਡੀ ਹੋਰ ਬੇਇੱਜ਼ਤੀ ਹੋਵੇ ਪੰਚਾਇਤ ਹੀ ਬੰਦੇ ਆਉਣੇ ਆ ਕੀ ਬੇਇੱਜ਼ਤੀ ਆਉਣਾ ਪੁੱਤ ਬੰਦੇ ਹੀ ਆਉਣੇ ਆ ਡਰ ਨਹੀਂਗਾ ਕੋਈ ਵੀ ਪਰ ਬੇਇੱਜ਼ਤੀ ਵੀ ਪੰਜਾਬ ਪੰਚਾਇਤ ਹੀ ਜੇ ਸਾਡਾ ਧੀ ਪੁੱਤ ਹੋਵੇ ਨਾ ਚੰਗਾ ਕਰਦੇ ਉਹਨੇ ਕਰ ਲੋਕਾਂ ਨੇ ਵੇਖਣ ਵਾਲਿਆਂ ਨੇ ਕਹਿਣਾ ਵੀ ਖਰੇ ਕਿੱਧਰ ਆਏ ਆ ਨਹੀਂ ਨਹੀਂ ਜੇ ਸਾਡਾ ਧੀ ਪੁੱਤ ਹੋਵੇ ਨਾ ਚੰਗਾ
ਅਸੀਂ ਉੱਥੇ ਗੜੀ ਕੀ ਮੂੰਹ ਖਾਲਣਾ ਪੰਚਾਇਤ ਨੂੰ ਸਾਰਿਆਂ ਨੂੰ ਗਲਤੀ ਦਿਖਣ ਦੀ ਆ ਬਸ ਇਹਨਾਂ ਨਹੀਂ ਇਹਨਾਂ ਨੂੰ ਨਹੀਂ ਦੇਖਦੀ ਚਲੋ ਸੁੱਖ ਹਾਂਜੀ ਵੀਰ ਗੱਲ ਸੁਣ ਮੇਰੀ ਹਾਂਜੀ ਹੁਣ ਗੱਲ ਵੱਧ ਗਈ ਆ ਕਿਉਂ ਕੀ ਹੋਇਆ ਜੇ ਤੋ ਤਿੰਨ ਪੰਚਾਇਤ ਲੈ ਕੇ ਆਉਣਾ ਘਰ ਦੇ ਨੇ ਤੇ ਆ ਜਾਣ ਮੈਂ ਇਹਨਾਂ ਨੂੰ ਕੀ ਕਿਹਾ ਚਾਹੇ ਚੰਗੇ ਨਹੀਂ ਲੱਗੀ ਜਾਂਦਾ ਸ਼ਾਇਦ ਤੇਰੀ ਮੈਂ ਬੜੀ ਲੈ ਆਣਿਆ ਪਰ ਮੰਮੀ ਡੈਡੀ ਨੂੰ ਕਹਿਣ ਡੇ ਮੰਮੀ ਨੇ ਸਾਰਾ ਕਸੂਰ ਹੀ ਵੱਡੀ ਭਾਬੀ ਦਾ ਹੀ ਮੰਮੀ ਡੈਡੀ ਵੀ ਮੇਰੇ ਨੇ ਆਪਣੇ ਵਾਲੇ ਕੀਤੇ ਹੋਰ ਕੀ ਉਹ ਵੀ ਗਲਤੀ ਤੇਰੀ ਕੱਢਣ ਡੇ ਸਾਰੇ ਨਾ ਉਹ ਸਾਰਿਆਂ ਨੇ ਮੇਰੀ ਗਲਤੀ ਕਰਨੀ ਚਾਹ ਚੁੱਪ ਕਰ ਤੂੰ ਹੁਣ ਮੇਰੇ ਵੀ ਤੁਹਾਡੇ ਕਰਕੇ ਰਹਿਣ ਨਹੀਂ ਮੈਨੂੰ ਤੁਹਾਡੇ ਤੇ ਆਸਾ ਹੈ ਕਿ ਚੱਲ ਤੂੰ ਮੇਰੀ ਗੱਲ ਸੁਣ ਲੈਣਾ ਜੇ ਤੂੰ ਵੀ ਨਹੀਂ ਸੁਣਦੀ ਚੱਲ ਮੈਂ ਚੱਲ ਜਾਣੀ ਆ ਫਿਰ ਗੱਲ ਤੇਰੇ ਮੈਂ ਸੁਣ ਲਿਆ ਤੈਨੂੰ ਤਾਂ ਸਲਾਹ ਕਰਨ ਆਇਆ ਵਾਂ ਸਲਾਹ ਕਰੀ ਤੂੰ ਤਾਂ ਸਿੱਧਾ ਕਹਿਣ ਡਿਆ ਤੇ ਚੱਲ ਜਾ ਚਾਹ ਦੋ ਦਿਨ ਚੱਲ ਜਾ ਮੈਂ ਫੇਰ ਆ ਜੀ ਮੇਰਾ ਤਾਂ ਕੋਈ ਘਰ ਹੀ ਨਾ ਰਹਿ ਗਿਆ ਫਿਰ ਦੋ ਦਿਨ ਚੱਲ ਜਾ ਟਿੱਕੇ ਦੇ ਲੈ ਲੈ ਇੱਧਰ ਉੱਡ ਜਾਣ ਚ ਰਹਿਣੀ ਮੈਂ ਯਾ ਪੰਚਾਇਤ ਦਾ ਕੰਮ ਨਿਬੜ ਜੂ ਫੇਰ ਆ ਜੀ ਆ ਮੈਨੂੰ ਪਤਾ ਭਾਬੀ ਦੀਆਂ ਗੱਲਾਂ ਚ ਆ ਗਿਆ ਤੂੰ ਵੀ ਅੱਗੇ ਤੂੰ ਮੇਰੀ ਸੁਣਦਾ ਯਾ ਮੇਰੀ ਕਿੱਦਾਂ ਸੁਣਦਾ ਭਾਬੀ ਨੇ ਖੜਾ ਨੂੰ ਕਿਹਾ ਮੈਨੂੰ ਤੇ ਕਿਹਾ ਮੰਮੀ ਡੈਡੀ ਨੇ ਮੈਨੂੰ ਪਤਾ ਭਾਬੀ ਨੇ ਮੰਮੀ ਡੈਡੀ ਨੂੰ ਕਿਹਾ ਉਹ ਵੀ ਨਹੀਂ ਮੇਰੀ ਸੁਣਦੇ ਸੁਣੇ ਵੀ ਨਹੀਂ ਸੁਣਦਾ ਤੂੰ ਵੀ ਨਹੀਂ ਹਾਂ ਸੁਣਦਾ ਮੈਂ ਕਿੱਥੇ ਜਾਵਾਂ ਚੱਲ ਨਾ ਆਪੋ ਨਾ ਕਰਦਾ ਕੋਈ ਹੱਲ ਹੋਈ ਮੈਨੂੰ ਪਤਾ ਵਾ ਉਹ ਚੁੱਪ ਕਰ ਜਾ ਮੈਂ ਕਰਦਾ ਕੋਈ ਹੱਲ ਕੱਟ ਦੇਣਾ ਹੁਣ ਵੀ ਜਾ ਇੱਥੋਂ ਚੱਲ ਜਾ ਉਹ ਨਾ ਰੋ ਹੁਣ ਮੈਂ ਕਰਦਾ ਵੀ ਗੱਲ ਕਰਦਾ ਮੰਮੀ ਨੇ ਗੱਲ ਵੱਡੀ ਭਾਬੀ ਨੂੰ ਪੁੱਛ ਉਹਨੇ ਸਾਰੇ ਨੂੰ ਪਿੱਛੇ ਲਾਇਆ ਵਾ ਉਹਨੇ ਸਾਰੇ ਚੱਲਦੇ ਮੇਰੀ ਕੋਈ ਸੁਣਦਾ ਵੀ ਨਹੀਂ ਹੈ ਚੱਲ ਮੈਂ ਕਰਦਾ ਪੁੱਛਦਾ ਉਹਨੂੰ ਚੱਲ ਨਾ ਰੋ ਹੁਣ ਮੈਂ ਕਰਦਾ ਗੱਲ ਤੇ ਮੰਮੀ ਨੇ ਅੱਜ ਕਰਦਾ ਉਹਨਾਂ ਨੂੰ ਕਰਦਾ ਮਨ ਪੀਣਾ ਵੀ ਮੈਨੂੰ ਪਤਾ ਸਾਰੇ ਹੁਣ ਮੈਨੂੰ ਕੱਢਣ ਦੇ ਆ ਵੀ ਕਰਾ ਲੈ ਚੁੱਪ ਤੇ ਕਰ ਜਾ ਹੁਣ ਮੈਂ ਕਰਦਾ ਗੱਲ ਜਾ ਕੇ ਕਿੱਡੇ ਚਲਾਕ ਬਣਦੇ ਆ ਇਹ ਵੀ ਆਣ ਕੇ ਗੱਲਾਂ ਚੱਲਦੀਆਂ ਤੇ ਮੈਨੂੰ ਕੱਢਣ ਲੱਗਾ ਮੈਂ ਕਿਉਂ ਜਾਵਾਂ ਮੈਂ ਨਹੀਂ ਜਾਣਾ ਵੱਡੇ ਆਏ ਮੈਨੂੰ ਕੱਢਣ ਵਾਲ ਕੋਠੀ ਪਾਊਗੀ ਤੇ ਜਾਣਾ ਮੈਂ ਵੀ ਨਹੀਂ ਜਾਣਾ ਕਿੱਡੀ ਛੇਤੀ ਉਹਨਾਂ ਦੀ ਗੱਲਾਂ ਜਾਣ ਕੇ ਤੇ ਵੱਧ ਘਾਟੇ ਵੀ ਸੁਣਾਉਣ ਲੱਗਾ ਸੀ ਮੈਨੂੰ ਅੱਗੋਂ ਪਿੱਛੋਂ ਮੇਰੀ ਗੱਲ ਮੰਨ ਲੈਂਦਾ ਹੁਣ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਜਿੱਦਾਂ ਉਹ ਵੱਡੀ ਕਹਿੰਦੀ ਉੱਦਾਂ ਇਹ ਵੀ ਚੱਲਣ ਲੱਗ ਪਿਆ ਹੁਣ ਕਿ ਮੇਰੇ ਪਿੱਛੇ ਲੱਗ ਜਾਂਦਾ ਮੇਰੀ ਗੱਲ ਸੁਣ ਲੈਂਦਾ ਸੀ ਹੁਣ ਇਹ ਵੀ ਉਹਨਾਂ ਵਰਗਾ ਹੁੰਦਾ ਜਾਂਦਾ ਕੋਰ ਨਾ ਕੋ ਤੇ ਮੈਂ ਕਰੂੰਗੀ ਤੇ ਫੇਰ ਹੀ ਗੱਲ ਬਣਨੀ ਨਹੀਂ ਤੇ ਇਦਾਂ ਕਿੱਥੇ ਬਣਨੀ ਆ ਵੱਡੇ ਹਾਏ ਹਾਏ ਰੱਬਾ ਕੀ ਆ ਤੂੰ ਕੀ ਗੱਲ ਹੋ ਗਣ ਡਈ ਆ ਤੂੰ ਬਣਾ ਕੀ ਆ ਹਾਂ ਸਰੀਰ ਫੇਰ ਹੀ ਸੁੱਤਰ ਗਿਆ ਹੋਣ ਡਿਆ ਤੇ ਜਦੋਂ ਮੈਂ ਤੈਨੂੰ ਆਨਾ ਵੀ ਗਲੂਕੋਜ਼ ਹੋਰ ਲਵਾ ਲਈਏ ਤੇ ਤੂੰ ਨਹੀਂ ਮੈਂ ਨਹੀਂ ਲਵਾਉਣੇ ਮੇਰੇ ਪੀੜ ਹੁੰਦੀ ਬਾਹ ਨੂੰ ਇਹ ਬਹੁਤ ਘਬਰਾਟ ਹੋਣ ਡਈ ਫੇਰ ਮੈਨੂੰ ਚਲੀਏ ਫਿਰ ਲੈਣ ਦਵਾਈ ਮੇਰਾ ਰਜੀ ਨਹੀਂ ਕਰਨ ਡਿਆ ਜਾਣ ਨੂੰ ਮੈਨੂੰ ਤੇ ਆ ਟੈਨਸ਼ਨ ਨੇ ਬਿਮਾਰ ਕਰ ਦਿੱਤਾ ਵਾ ਹੁਣ ਇੰਨੀ ਟੈਨਸ਼ਨ ਲਈ ਜਾਵੇਂਗੀ ਤੇ ਉੱਤੇ ਆਪਣੇ ਲਵਾਈ ਜਾ ਫਿਰ ਲਈ ਜਾ ਦਵਾਈ ਤੇ ਲਈ ਜਾ ਟੈਨਸ਼ਨ ਕੀ ਗੱਲ ਹੁੰਦੀ ਆ ਪਤਾ ਨਹੀਂ ਘਬਰਾਟਾਂ ਦੀ ਫੇਰ ਹੋਣ ਡਈ ਆ ਤੇ ਦਵਾਈ ਲਿਆਓ ਤੁਸੀਂ ਉਦੋਂ ਮੈਂ ਇਹਨੂੰ ਆਖਿਆ ਸੀ ਕੱਲ ਤੇ ਮੈਂ ਕਿਹਾ ਵੀ ਲੈ ਲਾ ਹੋਰ ਦਵਾਈ ਆਦੀ ਮੇਰੇ ਕੋ ਗਲੂਕੋਜ਼ ਨਹੀਂ ਲਵਾਏ ਜਾਣੇ ਮੇਰੇ ਪੀੜ ਹੁੰਦੀ ਬਾਹਨ ਹੁਣ ਟੈਨਸ਼ਨਾਂ ਲਈ ਜਾਂਦੀ ਆ ਆਵੇ ਬੁਖਾਰ ਹੋ ਗਈ ਫੇਰ ਟਾਈਫਾਇਡ ਵੀ ਚੈੱਕ ਕਰਵਾਓ ਹੁਣ ਟਾਈਫਾਇਡ ਵੀ ਚੈੱਕ ਕਰਾਉਨੇ ਆ ਆਹ ਤੇ ਜਾਓ ਤੁਸੀਂ ਦਵਾਈ ਲਿਆਓ ਤੇ ਇਦਾਂ ਕਰੋ ਉਹਨਾਂ ਨੇ ਕਿਹੜਾ ਨਹੀਂ ਸਮਝ ਨਹੀਂ ਮਜਬੂਰੀ ਫੋਨ ਕਰ ਲਓ ਵੀ 4-5 ਦਿਨ ਰੁਕ ਦਿਓ ਵੀ ਮੰਮੀ ਠੀਕ ਨਹੀਂ ਆ ਆਹੋ ਉਹਨਾਂ ਨੂੰ ਕਹਿ ਦਿੰਦੇ ਆ ਫਿਰ ਫੋਨ ਕਰ ਲੈਨੇ ਮਨਜੀਤ ਨੂੰ ਆਹੋ ਮਨਜੀਤ ਭਾਜੀ ਨੂੰ ਫੋਨ ਕਰ ਲਓ ਜੇ ਨਹੀਂ ਤੁਸੀਂ ਕਰਨਾ ਤੇ ਮੈਂ ਕਰ ਦਿੰਨੀ ਨਾਲੇ ਇਹਦੀ ਵੀ ਪੁੱਤ ਕਿਹੜੀ ਗੱਲ ਹੋ ਗਈ ਜਿਹੜੀ ਪੰਚਾਇਤਾਂ ਦੇ ਗੱਲਾਂ ਆਉਂਦਾ ਵੀ ਆਹ ਕੋਈ ਗੱਲ ਨਹੀਂ ਉਹਨਾਂ ਨੇ ਗੱਲ ਕੱਖ ਵੀ ਨਹੀਂ ਜੀ ਠੀਕ ਨਹੀਂ ਉਹਨੇ ਹੀ ਮੰਨ ਜਾਣਾ ਉਹਨੇ ਕੀ ਆਖਣਾ ਮੰਨੂਗਾ ਹੀ ਸਾਡੀ ਗੱਲ ਆਹੋ ਸਿਹਤ ਠੀਕ ਹੁੰਦੀ ਆ ਟੈਸਟ ਟੁਸਟ ਕਰਾਓ ਆਲੋ ਬੜਾ ਡਰ ਜੀ ਤੀ ਆ ਫੜ ਮੇਰੀ ਚੁੱਪ ਬਥੇਰੀ ਠੰਡ ਆ ਆ ਫੜ ਜੁੱਤੀ ਨਹੀਂ ਆ ਅੱਜ ਕੋਈ ਕੁਝ ਨਹੀਂ ਮੈਂ ਲਵਾਉਣਾ ਫੇਰ ਤਾਂ ਦਵਾਈ ਲੈ ਆਵਨੇ ਲਵਾ ਚੱਲ ਟਾਈਫਾਇਡ ਤੇ ਚੈੱਕ ਕਰਾਵਾਂਗੇ ਟਾਈਫਾਇਡ ਚੈੱਕ ਕਰਾ ਲੈਨੇ ਆ ਸਾਰੇ ਟੈਸਟ ਕਰਾ ਲਓ ਬਲੱਡ ਯੂਰੀਆ ਜੋ ਸਾਰਾ ਕੁਝ ਉਹ ਗੱਲ ਵੀ ਧੀਆਂ ਪੁੱਤਾਂ ਦੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨਾ ਜਦੋਂ
बैठे धुप निकली यार धुपे बैठे प्या फर्क होना ठीक वा पुत जा दो चार दिन खलो जा ते मम्मी तेरी अजे चंगी तरह ठीक हो जूगी ना फिर आही तेनू दस दांगे फिर तू आ जी पंचायत कोई लोड़ ही नहीं ना अही तेरे नाल कोई गल की ना तू ही की चल ये चल वेख लीने कर लीने फिर है हाँ जी हाँ जी हेलो हेलो ओ मैं कर लीने सलाह फिर करे आज लोगों ने बाहर तमाशा ला के बखा लेना मैं करे ला आज ले लेना करे एदा कर हाँ जी तू एदा कर फिर करे ले आ कल सरपंच नु लियावी गल ते चल अहीं तुही करनी है सरपंच बेचारे ने की कहना ओह ते साडे दोवां धरां दा फैसला ही आ पी गल्लां ते अहीं करनियां वा तू अपणियां दस दे इह अपणियां दस देणगी दस दूगी चल आ जा फिर आ जा मेरा पुत चल ठीक ओके ओके नहीं नहीं सरपंच गल पजाती आप नहीं अगला हदा ओही ना पहलो आप आंदा हां कल्ला हां हैं आप ओदन ओन फिरदा ओदन कुड़ी ने की कीता हैगा ते जदे हत्थी पैण तक गई ही मंजोद ओदन भी कुड़ी ने भराया भरा आंदा कल्ला आंदा सी नहीं ना गाड़ी अही केड़ा कर ओए आ नहीं लिया हैगा ओए आ नहीं लिया हैगा ਇਹ ਕੁੜੀ ਨੇ ਆਣ ਕੇ ਤੇ ਕਿਤੇ ਮੁੰਡਾ ਖੋ ਲਿਆ ਉਹਦੇ ਕੋਲ ਤੇ ਕਈ ਕੁਝ ਕੀਤਾ ਉਹ ਸਾਰਾ ਵੀ ਮੈਨੂੰ ਪਤਾ ਵੀ ਉਹ ਮੇਰੇ ਹੁੰਦੇ ਹੀ ਹੋਈ ਹੁੰਦਾ ਗੱਲ ਸਾਡੇ ਨਾਲ ਹੀ ਹਾਂ ਤੁਹਾਨੂੰ ਕਿਹੜਾ ਭੁਲੇਖਾ ਵਾ ਉਹਨੂੰ ਉਹਨੂੰ ਆਖਰ ਤੇ ਦੇ ਵੀ ਆ ਜਾ ਘਰ ਤੇ ਉਹ ਉੱਥੋਂ ਮੁੜ ਗਿਆ ਨਾ ਘਰ ਨੂੰ ਅਸੀਂ ਬਥੇਰਾ ਜ਼ੋਰ ਲਾਇਆ ਸੀ ਉਹ ਵਿਚਾਰਾ ਮੁੜ ਕੇ ਜਿਹਦੀ ਇੰਨੀ ਬੇਇੱਜ਼ਤੀ ਕਰ ਦਿੱਤੀ ਕੁੜੀ ਸਾਡੀ ਨੇ ਤੇ ਉਹ ਹੁਣ ਜੋਗਾ ਰਹਿੰਦਾ ਇਤਨਾ ਬਹੁਤ ਬੇਇੱਜ਼ਤੀ ਕਰਤੀ ਉਹਦੀ ਕੁੜੀ ਨੇ ਕਿਸੇ ਪਾਸੇ ਲੱਗਣ ਨਹੀਂ ਦੇਣਾ ਹੁਣ ਸਾਡੀ ਤੇ ਲਾਗੇ ਛਾਗੇ ਦੂੜੂ ਦੂੜੂ ਕਰਾਊਗੀ ਨਾਲ ਕਾਂਡ ਕਮਾਂਡ ਜਿੰਨੇ ਲੋਕੀ ਨਾਲੇ ਹੁਣ ਵੇਖਣਗੇ ਤੇ ਫੈਨਾ ਤਾਂ ਆਪਾਂ ਕਰਨਾ ਸਪਿੰਜ ਕੀ ਕਰਨਾ ਫੈਨਾ ਚੱਲ ਮਨਜੋਤ ਆਪਾਂ ਤੱਤੇ ਠੰਡੇ ਹੁਣ ਕਰੇ ਨਾ ਹੋਈ ਜਾਈਏ ਹੁਣ ਜਿਹੜੇ ਆਉਣ ਲੱਗੇ ਉਹਨਾਂ ਦੀ ਵੀ ਸੁਣ ਲਈਏ ਕੀ ਆਂਦੇ ਆ ਤੇ ਜਾ ਮੇਰਾ ਪੁੱਤ ਇਦਾਂ ਕਰ ਸੋਨੂ ਨੂੰ ਵੀ ਦੱਸ ਵੀ ਪ੍ਰਾਹੁਣੇ ਆਉਣ ਲੱਗੇ ਆ ਆਹੋ ਬਹੁਤ ਸੰਗਣ ਪਾਉਣਗੇ ਆਉਣ ਲੱਗੇ ਨਾ ਉਹ ਤਾਂ ਹੁਣ ਜਿਹੜੇ ਆਉਣੇ ਉਹਨਾਂ ਦੀ ਸੁਣਨੀ ਤੇ ਪੈਣੀ ਆ ਨਾ ਸਾਨੂੰ ਦੱਸ ਉਹਨੂੰ ਸੋਨੂ ਨੂੰ ਵੀ ਸਰਪੰਚ ਸਾਂਝਾ ਬੰਦਾ ਹੁੰਦਾ ਵਾ ਲਿਆਉਣਗੇ ਤੁਹਾਨੂੰ ਕੋਈ ਨਾਲ ਨੂੰ ਪਤਾ ਲੱਗ ਜੂਗਾ ਫੇਰ ਹੀ ਪਤਾ ਲੱਗੂਗਾ ਨੰਬਰ ਤਾਂ ਸਰਪੰਚ ਸੁਣੂਗਾ ਤੇ अपने काम हुंदे नहीं